ਤੁਸੀਂ ਮੇਰੇ ਆਂਢੋਂ ਗੁਆਂਢੋਂ ਪੁੱਛ ਲਓ, ਸਾਡੇ ਘਰ ਕਦੀ ਕੁਛ ਨਹੀਂ ਹੋਇਆ, ਘਰੋਂ ਕੁੜੀ ਛੱਡਣ ਗਈ ਆ। ਜਦੋਂ ਛੋਟਾ ਦਿਓਰ ਜਦੋਂ ਦਾ ਵਿਆਹਿਆ ਵਾ ਉਦੋਂ ਦਾ ਬੜਾ ਤੰਗ ਕਰਨ ਲੱਗ ਪਈ, ਆਂਦੀ ਗੱਡੀ ਲੈ ਕੇ ਆ। ਇਹਦੀ ਮੰਮੀ ਆਈ ਆ ਐਤਵਾਰ ਤੇ, ਪਤਾ ਨਹੀਂ ਕੀ ਇਹ ਮਾਵਾਂ ਧੀਆਂ ਆਪੋ ਚੋਂ ਦੀ ਅੰਦਰ ਕਰਦੀਆਂ ਰਹੀਆਂ ਨੇ। ਮੇਰੇ ਨਾਲ 12 ਸਾਲ ਹੋ ਗਏ ਆ, ਮੈਨੂੰ ਧੀਆਂ ਤੋਂ ਵੱਧ ਹੀ ਮੇਰੀ ਨੂੰਹ ਬਹੁਤ ਚੰਗੀ ਸੀ। ਮੈਂ ਪਰਸੋਂ ਆਈ ਹਾਂ, ਮੈਂ 50,000 ਰੁਪਇਆ ਦੇ ਗਈ ਕੁੜੀ ਆਪਣੀ ਨੂੰ। ਐਵੇਂ ਵੀ ਰਾਹਾਂ ਨੂੰ ਕੋਈ 50 ਨਹੀਂ ਦੇ ਕੇ ਗਿਆ, ਆਪਣੀ ਧੀ ਨੂੰ ਨਹੀਂ 10 ਦੇ ਕੇ ਗਈ ਤੇ 50 ਕਿਹਨੂੰ ਦੇ ਗਈ ਆ। ਤੁਸੀਂ ਮੇਰੇ ਆਂਢੋਂ ਗੁਆਂਢੋਂ ਪੁੱਛ ਲਓ, ਸਾਡੇ ਘਰ ਕਦੀ ਕੁਛ ਨਹੀਂ ਹੋਇਆ, ਸਵੇਰੇ ਵੀ ਕੁਛ ਨਹੀਂ ਹੋਇਆ, ਘਰੋਂ ਕੁੜੀ ਛੱਡਣ ਗਈ ਆ। ਇਹਦੀ ਮੰਮੀ ਆਈ ਆ ਐਤਵਾਰ ਤੇ, ਪਤਾ ਨਹੀਂ ਕੀ ਇਹ ਮਾਵਾਂ ਧੀਆਂ ਆਪੋ ਚੋਂ ਦੀ ਅੰਦਰ ਕਰਦੀਆਂ ਰਹੀਆਂ ਨੇ। ਮੇਰੇ ਨਾਲ 12 ਸਾਲ ਹੋ ਗਏ ਆ, ਮੈਨੂੰ ਧੀਆਂ ਤੋਂ ਵੱਧ ਹੀ ਮੇਰੀ ਨੂੰਹ ਬਹੁਤ ਚੰਗੀ ਸੀ। ਉਹਦੀ ਮਦਰ ਕਹਿੰਦੀ ਮੈਂ ਪਰਸੋਂ 50,000 ਰੁਪਇਆ ਦੇ ਗਈ। ਐਵੇਂ ਵੀ ਰਾਹਾਂ ਨੂੰ ਕੋਈ 50 ਨਹੀਂ ਦੇ ਕੇ ਗਿਆ, ਆਪਣੀ ਧੀ ਨੂੰ ਨਹੀਂ 10 ਦੇ ਕੇ ਗਈ ਤੇ 50 ਕਿਹਨੂੰ ਦੇ ਗਈ ਆ। ਦੇ ਇਲਜ਼ਾਮ ਆ ਕਿ ਗੱਡੀ ਮੰਗਦੇ ਸੀ ਜਦੋਂ ਦਾ ਤੁਹਾਡੇ ਛੋਟੇ ਬੇਟੇ ਦਾ ਵਿਆਹ ਹੋਇਆ ਆ, ਤੇ ਉਦੋਂ ਦੇ ਤੰਗ ਪਰੇਸ਼ਾਨ ਕਰਨ ਲੱਗੇ। ਵਾਹਿਗੁਰੂ, ਗੱਡੀਆਂ ਹੀ ਹਾਲੇ ਕਿਸੇ ਨੂੰ ਚਲਾਉਣੀਆਂ ਨਹੀਂ ਆਉਂਦੀਆਂ, ਅਸੀਂ ਕੀ ਕਰਨੀਆਂ ਗੱਡੀਆਂ। ਤੇ ਕੀ ਹੋਇਆ ਤੁਹਾਡੀ ਨੂੰਹ ਨਾਲ, ਹੋਇਆ ਕੀ ਜਿੱਦਣ? ਪਰਸੋਂ ਦੀ ਬੀਪੀ ਘਟਿਆ ਦਾ, ਐਤਵਾਰ ਦਾ ਬੀਪੀ ਘਟਿਆ ਵਾ, ਤੇ ਪਤਾ ਲੈਣ ਆਈਆਂ ਦੋਵੇਂ ਦਰਾਣੀ ਜਠਾਣੀ। ਮੈਂ ਕਹਿੰਦੀ ਦਵਾਈ ਲਿਆਓ, ਮੈਂ ਕਹਿੰਦੀ ਲਿਆ ਕੇ ਆਏ, ਪਰਸੋਂ ਵੀ ਲਿਆਏ ਆ, ਰਾਤ ਕੱਲ੍ਹ ਵੀ ਲਿਆਏ ਆ, ਹੁਣ 2 ਹਸਪਤਾਲ 'ਚ ਖੜਿਆ, ਮਹਾਜਨ ਦੇ ਵੀ, ਮੈਨੂੰ ਇਹਦਾ ਨਹੀਂ ਨਾਮ ਆਉਂਦਾ ਕਿ ਰੰਧਾਵੇ ਵੀ ਖੜਿਆ ਜੇ। ਉਹਨਾਂ ਕਿਹਾ ਬੀਪੀ ਬਿਲਕੁਲ ਡਾਊਨ ਹੋ ਗਿਆ। ਔਰ ਸਾਡੇ ਆਂਢੋ ਗੁਆਂਢਵਾ ਬੋਟੀ ਸਾਡੇ ਗੁਆਂਢ ਨੂੰ ਪੁੱਛ ਲਓ ਵੀ ਕੀ ਉਹਨਾਂ ਨੇ ਕਿਹਾ ਕਿ ਸਵੇਰੇ ਜਿਹੜੇ ਆ ਇਹ ਸਵੇਰੇ ਆਪਣੇ ਘਰੋਂ ਚਲੀ ਗਈ ਸੀ ਤੇ ਪਤਾ ਨਹੀਂ ਕਿਹੜੇ ਪੁੱਲ ਤੋਂ ਵਾਪਸ ਆਪਣੇ ਘਰ ਗਈ। ਨਹੀਂ ਭੈਣ ਜੀ, ਘਰੋਂ ਬੱਚਾ ਅਸ਼ ਬਾਲਕ ਸਕੂਲ ਕੁੜੀ ਛੱਡਣ ਗਈ ਜੇ, ਆਹ ਬੱਚਾ ਜੇ ਨਿੱਕਾ ਜਿਹਾ ਕੁੜੀ ਛੱਡਣ ਗਈ। ਮੈਂ ਘੰਟਾ ਨਹੀਂ ਆਈ ਤੇ ਮੈਂ ਫੋਨ ਕੀਤਾ, ਆਪਣੀ ਭੈਣ ਮੇਰੀ ਪਿੱਛੇ ਰਹਿੰਦੀ, ਮੈਂ ਤੁਹਾਡੇ ਘਰ 'ਚ ਨਹੀਂ ਆਈ? ਕਹਿੰਦੀ ਨਹੀਂ ਆਈ। ਤੇ ਉਨੇ ਚਿਰ 'ਚ ਆ ਗਈ, ਕਹਿੰਦੀ ਮੈਂ ਤੇ ਵਰਦੀਆਂ ਲੈਣ ਗਈ ਹਾਂ। ਆ ਕੇ ਚਾਹ ਬਣਾਉਣ ਲੱਗ ਪਈ, ਮੈਂ ਫੁਲਕੇ ਲਾਉਣ ਲੱਗ ਪਈ ਹਾਂ, ਕੋਈ ਗੱਲ ਨਹੀਂ ਹੋਈ ਸਾਡੇ ਘਰ। ਮੇਰੀ ਕੁੜੀਆਂ ਨੂੰ ਤੰਗ ਕਰਦੇ, ਜਦੋਂ ਛੋਟਾ ਦਿਓਰ ਜਦੋਂ ਦਾ ਵਿਆਹਿਆ ਵਾ ਉਦੋਂ ਦਾ ਬੜਾ ਤੰਗ ਕਰਨ ਲੱਗ ਪਈ, ਆਂਦੀ ਗੱਡੀ ਲੈ ਕੇ ਆ। ਮੈਂ ਪਰਸੋਂ ਆਈ ਹਾਂ, ਮੈਂ 50,000 ਰੁਪਇਆ ਦੇ ਗਈ ਕੁੜੀ ਆਪਣੀ ਨੂੰ। ਕੌਣ ਤੰਗ ਕਰਦੇ? ਸੱਸ ਕਰਦੀ, ਮੁੰਡਾ ਮਾਂ ਦੇ ਮਗਰ ਲੱਗਦਾ। ਪਰਸੋਂ ਆਈ ਮੈਂ 50,000 ਰੁਪਇਆ ਦੇ ਗਈ ਇਹਨੂੰ, ਮੈਂ ਮੁੰਡੇ ਨੂੰ। ਸੱਸ ਦਾ ਕੀ ਨਾਮ? ਕੁਲਵੰਤ ਕੌਰ, ਕੁਲਿੰਦਰ ਕੌਰ ਹੋਰੇ। ਆਹੋ ਆਹੋ, ਸਾਰੇ ਮੁੰਡਾ ਵੀ ਮਾਂ ਦੇ ਮਗਰ ਲੱਗ ਕੇ ਤੰਗ ਕਰਦਾ ਵਾ। ਤੇ ਤੁਹਾਡੀ ਬੇੜੀ ਦਾ ਕੀ ਨਾਮ? ਨਿਸ਼ਾ। ਤੇ ਕੀ ਹੋਇਆ ਫਿਰ ਅੱਜ? ਅੱਜ ਪਤਾ ਨਹੀਂ, ਹੁਣ ਸਾਨੂੰ ਫੋਨ ਕੀਤਾ, ਅਸੀਂ ਆਉਂਦੇ ਹਾਂ, 10 ਮਿੰਟਾਂ ਬਾਅਦ ਮਗਰੋਂ ਫੋਨ ਕਰਤਾ, ਮਰ ਵੀ ਗਈ ਹੈ। ਅਸੀਂ ਅੰਮ੍ਰਿਤਸਰ ਤੋਂ ਬਟਾਲੇ ਪਹੁੰਚੇ ਨਹੀਂ ਤਾਂ ਮਰ ਵੀ ਗਈ ਹੈ। ਹਾਂਜੀ, ਤੁਹਾਨੂੰ ਕੁਛ ਤੁਹਾਡੀ ਬੱਚੀ ਨੇ ਦੱਸਿਆ ਸਵੇਰੇ? ਦੱਸਦੀ, ਆਂਦੀ ਮੈਨੂੰ ਤੰਗ ਬੜਾ ਕਰਦੀ, ਆਂਦੀ ਮੈਂ ਘਰੋਂ ਸਵੇਰੇ ਨਿਕਲ ਗਈ ਆ, ਆਂਦੀ ਮੇਰੇ ਕੋਲ ਪੈਸਾ ਕੋਈ ਨਹੀਂ, ਮੈਂ ਫੇਰ ਵਾਪਸ ਆ ਗਈ ਆ, ਵੀ ਕਹਿਣਾ ਮੇਰੇ ਕੋਲ ਪੈਸਾ ਕੋਈ ਨਹੀਂ, ਆਂਦੀ ਮੈਂ ਪਤਾ ਨਹੀਂ ਕਿਹੜੇ ਪੁੱਲ ਤੋਂ ਵਾਪਸ ਆਈ ਆ, ਤੇ ਆਣ ਕੇ ਮੁੜ ਕੇ 10-12 ਘੰਟੇ ਪਿੱਛੋਂ ਫੋਨ ਕਰਤਾ, ਅਸੀਂ ਹਸਪਤਾਲ ਲੈ ਗਏ। ਅਸੀਂ ਜੈਂਤੀਪੁਰ ਕਥੋਂ ਨਾ ਗਲੇ ਪਹੁੰਚੇ, ਮਗਰ ਫੋਨ ਕਰਤਾ, ਮਰ ਵੀ ਗਈ ਹੈ। ਉਮਰ ਕਿੰਨੀ ਬੇੜੀ ਦੀ? 28-29 ਸਾਲ ਹੋਣੀ ਮਹਾ। ਕਿੰਨੇ ਬੱਚੇ? 2। ਕੀ ਚਾਹੁੰਦੇ? ਅਸੀਂ ਇਨਸਾਫ ਚਾਹੁੰਦੇ ਹਾਂ, ਸਾਡੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਭਾਵੇਂ ਮਰ ਗਈ ਆ, ਸਾਡੀ ਧੀ ਤਾਂ ਮਿਲਣੀ ਨਹੀਂ, ਪਰ ਇਨਸਾਫ ਸਾਨੂੰ ਚਾਹੀਦਾ। ਉਹ ਮੁੰਡੇ ਨੂੰ ਤੇ ਮਾਂ ਨੂੰ ਦੋਵਾਂ ਨੂੰ ਜੇਲ੍ਹ ਹੋਣੀ ਚਾਹੀਦੀ ਆ। ਮਸਲਾ ਇਹ ਹੋਇਆ, ਇਹਨਾਂ ਦੇ ਘਰ ਲੜਾਈ ਝਗੜਾ ਬੜੀ ਦੇਰ ਦਾ ਰਹਿੰਦਾ ਸੀ। ਇਹਦੇ ਸਹੁਰਿਆਂ ਵਾਲੀ ਕੁੜੀ ਦੇ, ਕੁੜੀ ਦਾ ਨਾਂ ਕੀ ਤੁਹਾਡੇ? ਨੀਸ਼ਾ। ਠੀਕ ਹੈ। ਤੇ ਉਹ ਇਹ ਤੋਂ 1 ਸਾਲ ਕੁ ਪਹਿਲਾਂ ਇਹਦਾ ਛੋਟਾ ਦਿਓਰ ਵਿਆਹਿਆ, ਉਹਨਾਂ ਨੇ ਮੋਟਰਸਾਈਕਲ ਤੇ ਮੰਦਰੀਆਂ ਪਾਈਆਂ ਤੇ ਉਦੋਂ ਦੀ ਇਹ ਤੰਗ ਕਰਨੀ ਸ਼ੁਰੂ ਕਰਤਾ ਵੀ ਸਾਨੂੰ ਕਾਰ ਦਿਓ। ਕੌਣ ਕੌਣ ਤੰਗ ਕਰਦਾ? ਉਹਦੀ ਸੱਸ ਹੀ ਇਕੱਲੀ, ਮੁੰਡਿਆਂ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੈ। ਸੱਸ ਦਾ ਨਾਮ ਪਤਾ ਨਹੀਂ ਕੀ, ਕੁਲਵਿੰਦਰ ਕੌਰ। ਅੱਜ ਕੀ ਆਇਆ? ਅਸੀਂ ਪਰਸੋਂ ਅਜੇ ਆਏ, ਇਹਨਾਂ ਨੂੰ ਸਮਝਾ ਕੇ ਗਏ, ਚਲੋ ਘਰ ਦੇ ਵਿੱਚ 100 ਲੜਾਈ ਝਗੜਾ ਹੋ ਗਿਆ ਹੋਊ, ਅਤੇ ਉਦੋਂ ਚੁੱਪ ਕਰਕੇ ਬਹਿ ਗਏ, ਅਸੀਂ ਘਰ ਚਲੇ ਗਏ ਤੇ ਉਹ ਸਵੇਰੇ ਪਤਾ ਲੱਗਾ ਤੇ ਉਹ ਕਹਿੰਦੇ ਤੁਸੀਂ ਮਾਰ ਕੇ ਤਿਆ ਇਹਨਾਂ ਨੇ। ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਮਰੀ ਕਿਸ ਤਰ੍ਹਾਂ ਦੇ ਕੀ ਹੋਇਆ। ਕਿੰਨਾ ਚਿਰ ਹੋਇਆ ਇਹ ਵਿਆਹ ਨੂੰ? ਕਿੰਨੇ ਬੱਚੇ ਸੀ? 2 ਬੱਚੇ, 3 ਸੀਗੇ, ਇੱਕ ਮੁੰਡਾ ਪਹਿਲਾਂ ਮਰ ਗਿਆ, ਫਿਰ ਕੁੜੀ ਮੁੰਡਾ ਵਾ। ਕਿੰਨਾ ਚਿਰ ਹੋਇਆ ਵਿਆਹ ਨੂੰ? ਵਿਆਹ ਨੂੰ ਕੋਈ 10 ਕੁ ਸਾਲ ਹੋ ਗਏ ਆ। ਉਦੋਂ ਤੰਗ ਪਰੇਸ਼ਾਨ ਕਰਦੇ ਸੀ? ਜਿੰਨਾ ਚਿਰ ਤੇ ਉਹਦਾ ਪਿਓ ਜਿੰਦਾ ਰਿਹਾ ਉਹਨਾਂ ਚਿਰ ਤੇ ਉਹ ਸਮਝਾ ਲੈਂਦਾ ਸੀ, ਉਹ ਭਗਤ ਬੰਦਾ ਸੀ, ਤੇ ਜਦੋਂ ਉਹਨਾਂ ਦੀ ਡੈਥ ਹੋ ਗਈ ਉਹ ਤੋਂ ਬਾਅਦ ਇਹਨਾਂ ਤੰਗ ਕਰਨਾ ਸ਼ੁਰੂ ਕਰਤਾ। ਅੱਜ ਤੁਸੀਂ ਪੁਲਿਸ ਕੰਪਲੇਂਟ ਕੀਤੀ ਆ? ਹਾਂਜੀ, ਪੁਲਿਸ ਕੰਪਲੇਂਟ ਕੀਤੀ ਆ, ਲਾਸ਼ ਪੋਸਟਮਾਰਟਮ ਲਿਆਂਦੀ ਆ। ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ, ਇਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਆ। ਇਹ ਸਾਨੂੰ ਸੁਰਿੰਦਰ ਸਿੰਘ ਲੜਕੀ ਦਾ ਭਰਾ ਆ ਜੀ, ਉਹਦੇ ਵੱਲੋਂ ਇਤਲਾਹ ਮਿਲੀ ਸੀ ਵੀ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਕੁਝ ਗਲਤ ਕਰਕੇ ਅਤੇ ਲੜਕੀ ਨੂੰ ਮਤਲਬ ਇਲਜ਼ਾਮ ਲਾਏ ਸੀ ਵੀ ਉਹਦੀ ਮੌਤ ਹੋ ਗਈ ਆ, ਅਤੇ ਉਸ ਸੰਬੰਧੀ ਕਾਰਵਾਈ ਕੀਤੀ ਜਾਵੇ।
ਜੋ ਅਸੀਂ ਮੌਕੇ 'ਤੇ ਗਏ ਹਾਂ ਅਤੇ ਲੜਕੀ ਦੀ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਕੇ ਅਤੇ ਪੋਸਟਮਾਰਟਮ ਦੀ ਅਸੀਂ ਕਰਾ ਰਹੇ ਹਾਂ ਅਤੇ ਪੋਸਟਮਾਰਟਮ ਤੋਂ ਬਾਅਦ ਜੋ ਵੀ ਉਹਦੇ ਰਿਜ਼ਲਟ ਆਏਗਾ ਮੌਤ ਦਾ ਕਾਰਨ ਜੇ ਸਾਨੂੰ ਸਪਸ਼ਟ ਹੋਏਗਾ ਉਸ ਕਾਨੂੰਨ ਅਨੁਸਾਰ ਜਿਹੜੀ ਵੀ ਬਣਦੀ ਅਗਲੀ ਕਾਰਵਾਈ ਹੈ ਉਹ ਕੀਤੀ ਜਾਵੇਗੀ। 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਗੁਰੂ ਕਬੀਰ ਜੀ 9872842491 ਪਤਾ ਲੁਧਿਆਣਾ। ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਮੋਹਣੀ ਵਸ਼ੀਕਰਨ ਕਰਵਾਓ, ਮਨਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ। ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਪਤੀ ਪਤਨੀ 'ਚ ਅਣਬਣ, ਔਲਾਦ ਸੁੱਖ, ਵਿਦੇਸ਼ ਯਾਤਰਾ, ਪੀਆਰ 'ਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਪ੍ਰੇਮ ਵਿਆਹ 'ਚ ਦੇਰੀ, ਤਲਾਕ ਕੇਸ ਜਾਂ ਜ਼ਮੀਨੀ ਝਗੜਾ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਇਟਸ ਮਾਈ ਪ੍ਰੋਮਿਸ।